ਖਬਰ ਲੈਣੇ ਫਾਜ਼ਿਲਕਾ ਤੋਂ। ਫਾਜ਼ਿਲਕਾ ਦੇ ਪਿੰਡ ਮੌਜਮ ਵਿੱਚ ਦਰਖਤ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਇਸ ਮੌਕੇ ਮ੍ਰਿਤਕ ਅਮਰ ਸਿੰਘ ਪੁੱਤਰੀ ਸਰੋਜ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਹਰਮੇਸ਼ ਸਿੰਘ ਉਸਦੇ ਪਿਤਾ ਨੂੰ ਕਣਕ ਦੀ ਬਿਜਾਈ ਕਰਵਾਉਣ ਲਈ ਕਹਿ ਕੇ ਆਪਣੇ ਨਾਲ ਲੈ ਗਏ ਅਤੇ ਇਸ ਤੋਂ ਬਾਅਦ ਲੱਕੜਾਂ ਕੱਟਣ ਲਈ ਉਸਨੂੰ ਦਰਖਤ ਚਾੜਿਆ ਗਿਆ ਅਤੇ ਦਰਖਤ ਤੋਂ ਡਿੱਗ ਕੇ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਪਰ ਸਾਰੇ ਹਸਪਤਾਲਾਂ 'ਚ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਅਤੇ ਜਿਸ ਤੋਂ ਬਾਅਦ ਸਵੇਰੇ ਉਸਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਮੌਤ ਲਈ ਗੁਆਂਢੀਆਂ 'ਤੇ ਦੋਸ਼ ਲਗਾਇਆ ਜਿਸ ਕਾਰਨ ਉਹ ਦਰਖਤ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋਏ ਅਤੇ ਇਲਾਜ ਦੌਰਾਨ ਵੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਹਨਾਂ 'ਤੇ ਅਸਤੀਫਾ ਦੇਣ ਲਈ ਦਬਾਅ ਪਾ ਰਹੀ ਹੈ ਅਤੇ ਉਹਨਾਂ ਦੇ ਮੰਗ ਕੀਤੇ ਗਏ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਹਨਾਂ ਜੀ ਜਦੋਂ ਡਿੱਗਿਆ ਅਤੇ ਉਦੋਂ ਸਾਡੇ ਮੈਨੂੰ ਫੋਨ ਕਿਹਾ ਸੀਗਾ ਵੀ ਇਸ ਤਰ੍ਹਾਂ ਡਿੱਗ ਪਿਆ ਅਤੇ ਉਹਦੇ ਮੁੰਡੇ ਨੂੰ ਛੋਟੇ ਨੂੰ ਬੁਲਾ ਕੇ ਗੰਗਾ ਨਗਰ ਲੈ ਗਏ, ਉੱਥੇ ਭਰਤੀ ਕਰਾ ਕੇ ਜਿਹਨਾਂ ਕੋਲ ਡਿੱਗਿਆ ਉਹਨਾਂ ਕਿਹਾ ਸਾਡੇ ਕੋਲ ਡਿੱਗਿਆ ਅਤੇ ਡਿੱਗੇ ਤੋਂ ਬਾਅਦ ਅਸੀਂ ਕਿਹਾ ਵੀ ਤੁਸੀਂ ਇੱਥੇ ਭਰਤੀ ਕਰਾਇਆ ਚੱਲ ਆਪਰੇਸ਼ਨ ਕਰਾ ਲਓ। ਉਹ ਕਹਿੰਦੇ ਇੱਥੇ ਪੈਸਾ 2.5 ਲੱਖ ਮੰਗਦੇ ਆ ਵੀ ਅਸੀਂ 2.5 ਲੱਖ ਨਹੀਂ ਲਾ ਸਕਦੇ ਅਤੇ ਫਿਰ ਕਹਿੰਦੇ ਚੱਲ ਆਪਾਂ ਇੱਥੇ ਵਾਪਸੀ ਲੈ ਆਉਣੇ, ਕੀ ਪਤਾ ਕਾਰਟ ਜਿਹੜਾ 5 ਲੱਖ ਵਾਲਾ ਹੈਗਾ ਚੱਲ ਜਾਵੇ। ਅਤੇ ਅਸੀਂ ਕਿ ਚੱਲ ਤੁਹਾਡੀ ਮਰਜ਼ੀ, ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਲੈ ਆਓ। ਇੱਥੇ ਵਾਪਸ ਲਿਆਂਦਾ ਅਤੇ ਫਾਜ਼ਿਲਕਾ ਵਿੱਚ ਉਤਰ ਗਿਆ, ਉਹਨਾਂ ਨੇ ਲਿਖ ਕੇ ਦੇ ਦਿੱਤਾ ਚੰਡੀਗੜ੍ਹ ਤੋਂ। ਅਸੀਂ ਲੈ ਗਏ ਚੰਡੀਗੜ੍ਹ, ਚੰਡੀਗੜ੍ਹ ਉਹਨਾਂ ਕੀ ਕੀਤਾ ਜਵਾਬ ਦੇ ਦਿੱਤਾ, ਉਹਨੂੰ ਕਿਹਾ ਨਹੀਂ ਬਚ ਸਕਦਾ ਇਹਦੀ ਘਰੇ ਸੇਵਾ ਕਰ ਲਓ। ਉਸ ਤੋਂ ਬਾਅਦ ਅਸੀਂ ਲੈ ਕੇ ਗੰਗਾ ਨਗਰ ਫਿਰ ਦੁਬਾਰਾ ਲੈ ਗਏ ਪ੍ਰਾਈਵੇਟ ਹੋਸਪਿਟਲ, ਉਹਨਾਂ ਕਿਹਾ ਇਹਦਾ ਆਪਰੇਸ਼ਨ ਹੋ ਜਾਵੇ, ਬਾਕੀ ਅਸੀਂ ਗਰੰਟੀ ਨਹੀਂ ਦਿੰਦੇ। ਕੀ ਹੋਇਆ, ਅਸੀਂ ਵੀ ਕਿਹਾ ਵੀ ਚੱਲ ਤੁਸੀਂ ਜਿੰਨਾ ਵੀ ਆਪਰੇਸ਼ਨ ਹੁੰਦਾ ਕਰ ਦਿਓ, ਕਾਰਵਾਈ ਕਰ ਦਿਓ, ਸਾਨੂੰ ਤਾਂ ਜੀਵਤ ਚਾਹੀਦਾ ਵੀ ਅਸੀਂ ਜਿੰਦੇ ਜੀ ਨਹੀਂ ਵੇਖਣਾ ਚਾਹੁੰਦੇ ਮੌਤ ਇਹਦੀ। ਅਸੀਂ ਉੱਥੇ ਰੱਖਿਆ, ਉਹਨਾਂ ਸਾਡੇ ਨਾਲ ਮੁਕਾ ਲਿਆ 2 ਲੱਖ ਰੁਪਈਆ। ਅਸੀਂ ਕਿਹਾ ਚੱਲ ਤੁਸੀਂ ਕਾਰਵਾਈ ਕਰੋ। ਅਸੀਂ ਰੱਖਿਆ 20 ਦਿਨ, 20 ਦਿਨਾਂ 'ਚ ਉਹਨਾਂ ਕਿਹਾ ਵੀ ਇਹ ਆਕਸੀਜਨ ਲੱਗ ਗਿਆ, ਇਹ ਲਵੇਗਾ ਤਾਂ ਫਿਰ ਆਪਰੇਸ਼ਨ ਹੋਵੇਗਾ, ਪਹਿਲਾਂ ਨਹੀਂ ਹੋ ਸਕਦਾ। ਜਦੋਂ 20 ਦਿਨ ਪੈ ਗਏ ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਗਰੀਬ ਬੰਦੇ ਹੋ, ਪੈਸਾ ਨਹੀਂ ਲਾ ਸਕਦੇ, ਤੁਸੀਂ ਇਹਨੂੰ ਕੀ ਕਰੋ, ਇਹਨੂੰ ਲੈ ਜਾਓ ਘਰ ਲੈ ਜਾਓ, ਸੇਵਾ ਕਰ ਲਓ। ਅਸੀਂ ਉਸ ਤੋਂ ਬਾਅਦ ਅਸੀਂ ਕਿਧਰੇ ਰੱਬ ਦੇ ਦਾਸ ਹੈਗੇ ਨੇ ਤਾਜਪੁਰ, ਉੱਥੇ ਲੈ ਗਏ। ਉਸ ਤੋਂ ਬਾਅਦ ਅਸੀਂ ਲਿਆਂਦਾ, ਆਕਸੀਜਨ ਨਹੀਂ ਲਿੱਤਾ ਸੀਗਾ, ਫਿਰ ਅਸੀਂ ਬਠਿੰਡੇ ਦਾਖਲ ਕੀਤਾ। ਬਠਿੰਡੇ ਦੇ ਵਿੱਚੋਂ ਫਿਰ ਰਾਤ ਨੂੰ ਸਵੇਰੇ 5 ਵਜੇ ਮੌਤ ਹੋ ਗਈ, 5:30 ਵਜੇ, ਅਤੇ ਅਸੀਂ ਇੱਥੇ ਲੈ ਆਏ। ਇਹ ਉਹ ਕਹਿੰਦੇ ਨੇ ਦਰਖਤ ਤੋਂ ਡਿੱਗਿਆ, ਬਾਕੀ ਰੱਬ ਜਾਣੇ ਵੀ ਦਰਖਤ ਤੋਂ ਡਿੱਗਿਆ ਕੀ ਹੋਇਆ ਕੀ ਨਹੀਂ ਹੋਇਆ, ਇਹ ਉਹਨਾਂ ਨੂੰ ਪਤਾ ਹੈਗਾ, ਸਾਨੂੰ ਪਤਾ ਨਹੀਂ ਹੈਗਾ। ਚੌਧਰੀ ਹੈਗੇ ਨੇ ਨਾਂ ਦੇ, ਗਵਾਂਢ ਹੈਗੇ ਨੇ ਅਮਰ ਸਿੰਘ ਦੇ, ਅਸੀਂ ਉਹਨਾਂ ਕੋਲ ਜ਼ਿਮੀਂਦਾਰਾ ਕਰਦੇ ਸੀਗੇ, ਕਣਕ ਦੀ ਬਿਜਾਈ ਹੈਗੀ ਸੀ ਅਤੇ ਲੈ ਗਏ, ਕਣਕ ਦੀ ਬਿਜਾਈ ਕਰਾਉਣੀ ਹੈ ਵੀ ਕਣਕ ਨਾਲੀ ਫਰਾਉਣੀ ਹੈ ਤੇ ਤੂੰ ਚੱਲ ਸਾਡੇ ਨਾਲ। ਅੱਗੇ ਕਹਿੰਦੇ ਇਹ ਦਰਖਤ ਛਾਂਗਣ ਲੱਗ ਗਿਆ ਆਪਣੇ ਆਪ ਨਹੀਂ, ਉਹਨਾਂ ਛਾਂਗਾ ਛੰਗਾਈ ਕਰਾਉਣੀ ਸੀ ਕਿਉਂਕਿ ਇਹ ਜ਼ਮੀਨ ਗੱਡਣੀ ਸੀਗੀ, ਉਹਨਾਂ ਕਣਕ ਗੱਡਣੀ ਸੀ ਅਤੇ ਦਰਖਤ ਛਾਂ ਹੈਗੀ ਸੀ ਅਤੇ ਜ਼ਮੀਨ ਨਹੀਂ ਹੋ ਸਕਦੀ ਸੀ, ਇਸ ਕਾਰਨ ਤੇ ਉਹਨਾਂ ਉਡਾਇਆ। ਚਾਹੇ ਨਹੀਂ ਵੱਢੇ ਨਹੀਂ ਵੱਢੇ ਅਸੀਂ ਨਹੀਂ ਜਾਣਦੇ, ਜੋ ਕੁਛ ਹੋਇਆ ਸਾਡੇ ਕੋਲ ਤਾਂ ਇੱਕ ਤਰ੍ਹਾਂ ਮੁਰਦਾ ਲਿਆ ਕੇ ਉਹਨਾਂ ਖੜਾ ਕਰਤਾ ਜਿਹੜਾ ਮਣਕਣਾ ਟੁੱਟ ਗਿਆ, ਅਤੇ ਪੈਸੇ ਵੀ 5-6 ਲੱਖ ਲਾਇਆ ਅਤੇ ਕੋਈ ਵੀ ਉਹਨਾਂ ਸਾਡੇ 'ਤੇ ਨਹੀਂ ਕਾਰਵਾਈ, ਕੋਈ ਵੀ ਕਿਸੇ ਤਰ੍ਹਾਂ ਪੈਸਾ ਨਹੀਂ ਦਿੱਤਾ। ਫਿਰ ਉਲਟਾ ਕਹਿੰਦੇ ਜਿਹੜਾ ਕੁਛ ਕਰਨਾ ਸਾਡਾ ਕਰ ਲਓ, ਅਸੀਂ ਪੈਸਾ ਨਹੀਂ ਭਰ ਸਕਦੇ। ਅਮਰ ਸਿੰਘ ਹੈਗਾ ਸੀ, 65 ਸਾਲ ਉਮਰ ਸੀ, 55 ਸਾਲ। ਤੁਸੀਂ ਚਾਹੁੰਦੇ ਕੀ ਹੋ ਹੁਣ? ਬਸ ਇਨਸਾਫ਼ ਹੋਣਾ ਚਾਹੀਦਾ, ਕਾਰਵਾਈ ਦੀ ਮੰਗ ਬਣੀ, ਸੱਚਾਈ ਹੋਣੀ ਚਾਹੀਦੀ ਹੈ ਵੀ ਗਲਤ ਕਾਰਵਾਈ ਨਹੀਂ ਹੋਣੀ ਚਾਹੀਦੀ, ਬਾ ਕਾਨੂੰਨ ਪੂਰਨ ਛਾਣ ਕਰੇ। ਗੁਰਨਾਮ ਸਿੰਘ, ਫਾਜ਼ਿਲਕਾ ਤੋਂ ਕ੍ਰਿਸ਼ਨ ਸਿੰਘ ਦੀ ਰਿਪੋਰਟ।